ਕਮੇਟੀ 28-24 ਨੂੰ ਮੀਰਗਾਨਾ ਉਸ ਚਬਾ ਰੋਡ ਤੋਂ ਜਿਹੜਾ ਇਹਨਾਂ ਚੋਰੀ ਕਰਕੇ ਲੈ ਗਏ ਸੀ ਤੁਸੀਂ ਉਹਨਾਂ ਦੇ ਵਿੱਚ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਹੁਣ ਅਸੀਂ ਦੋਸ਼ੀ 5 ਗ੍ਰਿਫਤਾਰ ਹੋਣ ਕੀਤੇ ਨੇ ਉਹਨਾਂ ਚੋਂ ਇੱਕ ਕੋ ਮੋਟਰਸਾਈਕਲ ਮਿਲਿਆ ਬਲਦੇਵ ਤੋਂ ਮੋਟਰਸਾਈਕਲ ਜਸਪਾਲ ਤੋਂ ਇੱਕ ਪਿਸਟਲ ਪ੍ਰਿੰਸ ਤੋਂ 32 ਬੋਰ ਇੱਕ ਰਿਵਾਲਵਰ ਅਤੇ ਗੁਰਦੇਵ ਤੋਂ ਇੱਕ ਦੋ ਰਿਵਾਲਵਰ ਅਤੇ ਵਿਪਨ ਤੋਂ ਇੱਕ ਰਿਵਾਲਵਰ ਮਿਲਿਆ ਅਤੇ ਇਹ ਦੋਸ਼ੀ ਜਿਹੜੇ ਸਾਡੇ ਹੁਣ ਜਿਹੜਾ ਸਮਾਨ ਬਰਾਮਦ ਹੋ ਗਿਆ ਬਾਕੀ ਜਿਹੜਾ ਵਾ ਰਹਿੰਦਾ 13 ਰਫਲਾਂ 13 ਬੰਦੂਕਾਂ 4 ਰਿਵਾਲਵਰ ਅਤੇ ਇੱਕ ਪਿਸਟਲ ਇੱਕ ਮੋਟਰਸਾਈਕਲ ਇੱਕ ਐਲ ਸੀ ਡੀ ਜਿਹੜੀ ਬਰਾਮਦ ਹੋ ਚੁੱਕੇ ਨੇ ਅੱਜ ਕਿੰਨੇ ਹੋਏ ਟੋਟਲ ਅੱਜ ਟੋਟਲ ਹੋ ਗਏ ਨੇ ਪੰਜ ਰਾਊਂਡ ਪੰਜ ਜਿਹੜੇ ਪੰਜ ਪਿਸਟਲ ਇੱਕ ਰਿਵਾਲਵਰ ਇੱਕ ਦੋ ਇਹ ਬਰਾਮਦ ਹੋ ਚੁੱਕੇ ਸਰ ਟੋਟਲ ਇਹਨਾਂ ਨੇ ਕਿੰਨੇ ਚੋਰੀ ਕੀਤੇ ਸੀ ਟੋਟਲ ਉੱਥੇ ਕਰੀਬ ਇਹਨਾਂ ਮੈਂ 22 ਦੇ ਕਰੀਬ ਚੋਰੀ ਕੀਤੇ ਸੀ ਕੋਈ ਰਾਊਂਡ ਚੋਰੀ ਕੀਤੇ ਅਗਲੀ ਕੋਈ ਸੰਭਾਵਨਾ ਕੀ ਹੋਰ ਕੋਈ ਚੋਰੀ ਦੇ ਬਾਅਦ ਵਾਰਦਾਤ ਜਾਂ ਕੇ ਹੋਰ ਕੋਈ ਸੰਭਾਵਨਾ ਜੀ ਕੋਈ ਨਹੀਂ ਸਰ ਇਹਨਾਂ ਦੀ ਮਨਸਾ ਕੀ ਸੀ ਇਹ ਹਥਿਆਰ ਚੋਰੀ ਕਰਨ ਦੀ ਮਨਸਾ ਨਾਲ ਇਹ ਵੀ ਇਹਨਾਂ ਚੋਰੀ ਕਰਨਾ ਸੀ ਇਹਨਾਂ ਕਦੇ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚੇ ਆ ਕਿਹੜੀ ਉਧਾਰ ਦਿੱਤੇ ਆ ਹੋਰ ਮਨਸਾਨੇ ਦੀ ਕੋਈ ਅਮਲੀ ਆ ਗਈ ਸਾਰੀ ਇਹਨਾਂ ਉੱਥੇ ਰੱਖੇ ਹੀ ਜਾ ਕੇ ਬੰਨ ਕੇ ਰੱਖੇ ਗਾ ਤਾਂ ਹੁਣ ਪਤਾ ਨਹੀਂ ਵਾਰਦਾਤ ਕਰਦੇ ਸੀਗੇ ਯਾਰ ਦੋ ਸਰਪੰਚ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ